ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਪਟਿਆਲਾ ਜ਼ਿਲ੍ਹੇ 'ਚ ਬੀਤੇ ਦਿਨ ਹੀ ਸਵਾਈਨ ਫਲੂ ਦੇ 4 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਸੰਬੰਧੀ ਡਾਕਟਰ ਸਮਿਤ ਸਿੰਘ ਨੇ ਦੱਸਿਆ ਕਿ ਸਵਾਈਨ ਫਲੂ ਕਾਰਨ ਬਦਰ ਸਿੰਘ ਬਾਸੀ ਬਡੂੰਗਰ ਦੀ ਮੌਤ ਹੋਈ ਹੈ, ਜਦਕਿ ਇੱਕ ਔਰਤ ਜਿਸਦਾ ਇਲਾਜ ਇਸ ਸਮੇਂ ਚੱਲ ਰਿਹਾ ਹੈ ਉਸਦਾ ਨਾਮ ਹਰਵੰਸ ਕੌਰ ਹੈ ਅਤੇ ਬਾਕੀ 2 ਨੂੰ ਛੁੱਟੀ ਮਿਲ ਚੁੱਕੀ ਹੈ। ਸਵਾਈਨ ਫਲੂ ਇਸ ਵਾਰ ਕਾਫ਼ੀ ਹੱਦ ਤੱਕ ਦਿੱਕਤ ਨਹੀਂ ਆਈ ਕਿਉਂਕਿ ਸਾਰਾ ਸੀਜ਼ਨ ਵਿੱਚ ਇਸ ਤਰ੍ਹਾਂ ਦੇ ਕੋਈ ਕੇਸ ਸਾਹਮਣੇ ਨਹੀਂ ਆਏ ਸੀ। ਹੁਣ ਲਾਸਟ 2 ਹਫ਼ਤੇ ਤੋਂ ਸਾਡੇ ਕੋਲ 4 ਕੇਸ ਪਟਿਆਲਾ ਜ਼ਿਲ੍ਹੇ ਤੋਂ ਪੂਰੇ ਜ਼ਿਲ੍ਹੇ 'ਚ ਆਏ ਨੇ ਅਤੇ ਉਹਨਾਂ ਵਿੱਚੋਂ ਵੀ ਜਿਹੜੇ 2 ਲਾਸਟ ਵੀਕ ਆਏ ਸੀਗੇ ਉਹ ਦੋਨੋਂ ਤੰਦਰੁਸਤ ਹੋ ਕੇ ਡਿਸਚਾਰਜ ਹੋ ਕੇ ਜਾ ਚੁੱਕੇ ਨੇ, ਰਿਕਵਰ ਕਰ ਚੁੱਕੇ ਨੇ। ਜਿਹੜੇ ਇਸ ਹਫ਼ਤੇ 'ਚ 2 ਪੇਸ਼ੈਂਟਸ ਲਾਸਟ ਫਰਾਈਡੇ ਨੂੰ ਆਏ ਸੀ, ਉਹਨਾਂ 'ਚੋਂ ਇੱਕ ਬਲਜਿੰਦਰ ਸਿੰਘ ਦੀ ਜਿਹੜਿਆਂ ਦੀ ਉਮਰ 72 ਸਾਲ ਸੀ, ਬਜ਼ੁਰਗ ਸੀਗੇ, ਉਹਨਾਂ ਦੀ ਡੈਥ ਹੋ ਗਈ ਹੈ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।